بسم اللہ الرحمن الرحیم ناظرین السلام علیکم تساں ویکھ رہے ہو اپنا یوٹیوب چینل بسمی نامہ تے میں تہاڈے نال تہاڈا اپنا મિતر ایم ایس تسمی ناظرین سارے نال جناب مار کبیربند گल्लू صاحب تے انہاں دے بڑے پیارے મિતر جناب مار محمد حسین عرف کالو کیا بات ہے موجود نے اے پشاور چرواہا یعنی کہ پنجابی وچ ایال جنو آنے آں بیڈاں بکریاں چروانیاں ਤੇ ਬੜੇ ਬੜੇ ਇਨਾਂ ਦੇ ਸਾਹ ਕਿਤਾਬ ਹੁੰਦੇ ਨੇ ਲੇਕਿਨ ਤੁਹਾਨੂੰ ਇੱਕ ਚੀਜ਼ ਦਾ ਪਤਾ ਨਹੀਂ ਕਿ ਬੜੇ ਅੱਛੇ ਦੋੜੇ ਪੜਦੇ ਨੇ ਮਾਸ਼ਾਅੱਲ ਤੁਹਾਨੂੰ ਕੋਲ ਸੁਣਵਾਏ ਜੀ ਕੀ ਹਾਲ ਚਾਲ ਹੈ ਠੀਕ ਹੋ ਠੀਕ ਠਾਕ ਕਈ ਨਾ ਦੋੜ ਸੁਣਾ ਰਹੇ ਹੋ ਸਭ ਤੋਂ ਪਹਿਲੇ ਆਕਿਬ ਦਾ ਜੀ ਆਕਿਬ ਜੀ ਵਾ ਕੀ ਬਾਤ ਹੈ ਜੀ ਜੀ ਕਿ ਕੰਬੀਰ ਮੇਰੇ ਦਿਲ ਦੇ ਸ਼ੀਸ਼ ਮਹਲ ਦਾ ਵਸੀ ਓ ਮੇਰੀ ਪੱਖੀ ਜਦੋਂ ਸਦੀ ਆਇਆ ਆਹਾ ਮੇਰੇ ਦਿਲ ਦੇ ਸ਼ੀਸ਼ ਮਹਲ ਦਾ ਵਸੀ ਹਾਂ ਓਏ ਮੇਰੀ ਪੱਖੀ ਚ ਜਦਨ ਸਦੀ ਆਇਆ ਉਧਰ ਰੋਬ ਦੇ ਕੰਬਦਿਆਂ ਹੋਠਾਂ ਤੋਂ ਮਸੇ ਮਾਰ ਕੇ ਨਿਕਲੇ ਆ ਜੀ ਆਇਆ ਤੇ ਸੱਚੀ ਕਰਾ ਤਾਂ ਕੰਬੀਰ ਦਿਲ ਕਮਜ਼ੋਰ ਆਈਆ ਹਾਂ ਸੱਚੀ ਕਰਾ ਤਾਂ ਆਕਬ ਦਿਲ ਕਮਜ਼ੋਰ ਆਈਆ ਨਹੀਂ ਦਿਲ ਦਾ ਹਾਲ ਦਸੀ ਆਇਆ ਓ ਬਾਵੇਂ ਜੱਡੇ ਵਜਮੇ ਬਾਜ਼ਾ ਸੇ ਉਦੇ ਸਾਹਮਣੇ ਨਹੀਂ ਬੁਲਦੀ ਆ ਹਾਏ 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 ਆ ਆ ਜੀ ਆਕਬ ਜੀ ਜੀ ਨਾਜ਼ਰੀ ਬੜਾ ਪਸੰਦਾ ਤੁਹਾਨੂੰ ਇੱਕ ਹੋਰ ਜੀ ਕੋਈ ਹਾਂ ਦੌਰਾ ਕੇ ਪੂਰੀ ਪੂਰੀ ਰਾਤ ਖੁਦਾ ਦੀ ਮੇਰੀ ਸਿੱਖ ਦੀ ਪੀਖ ਜੁਟਾਵੇ ਸਾਈਂ ਕੋਈ ਦੌਰਾ ਹਾਂ ਕੇ ਪੂਰੀ ਪੂਰੀ ਰਾਤ ਖੁਦਾ ਦੀ ਮੇਰੀ ਸਿੱਖ ਦੀ ਪੀਖ ਜੁਟਾਵੇ ਉਹ ਮੇਰੇ ਸਿਰ ਤੂੰ ਜਦਨ ਜੁਟਾਉਂਦੇ ਹਾਂ ਵਖਤਾਂ ਦੇ ਬੂਟੇ ਸਾਵੇ ਤੇ ਮੇਰੇ ਸਿਰ ਤਲਿਓ ਹੌਲ ਤੁਮਾ ਨਹੀਂ ਕੱਟਦਾ ਸਾਈਂ ਗੰਬੀਰ ਮਰੇ ਸਿਰ ਤਲਿਓ ਹਾਲਤ ਬਹਨਾ ਹੀ ਕਟਦਾ ਅੱਲਾ ਵਾਤਾ ਉਹ ਦੌਰ ਵਿਖਾ ਦੇ ਕਿ ਚਿੜੀਆਂ ਨੂੰ ਅਖਣਾ ਨਾ ਬੋਲੋ ਮੇਰਾ ਆਕੇ ਵਜਾਗ ਨ ਜਾਵੇ ਜੀ ਕੋਈ ਦੌਰ ਹਾ ਕਿ ਅਸੀਂ ਵੀ ਖਾਸ ਹਸੇ ਕੋਈ ਦੌਰ ਆ ਹਰ ਤੇ ਹੁੰਦਾ ਨਾ ਦੌਰ ਜੀ ਜੀ ਕੋਈ ਦੌਰ ਆ ਕਿ ਅਸੀਂ ਵੀ ਖਾਸਾ ਸੇ ਖਾਸਾ ਸੇ ਸਾਨੂੰ ਆਮ ਕਿਤੋਈ ਮੋੜ ਛੋੜ ਗਿਓ ਆਹਾਂ ਆਹਾਂ ਆਹ ਦਿਓ ਕੋਈ ਦੌਰ ਆ ਕੇ ਅਸੀਂ ਵੀ ਖਾਸਾ ਸੇ ਅਸਾਨੂੰ ਆਮ ਕਿਤੋਈ ਆਮ ਕਿਤੋਈ ਮੜ ਛੋੜ ਗਿਓ ਤੇ ਅਸਾ ਆਕਬ ਪੱਥਰ ਮਿਜਾ ਜਾਣੂ ਅਸਾ ਆਕਬ ਪੱਥਰ ਮਿਜਾ ਜਾਣੂ ਉਹ ਪਹਿਲੇ RAM ਕਿਤੋਈ ਆ ਉਹ ਪਹਿਲੇ RAM ਕਿਤੋਈ ਆ ਉਹ ਮੜ ਛੋੜ ਗਿਓ ਉਹ ਢਿੰਗੀ ਸਾਜ ਬਣਾ ਕੇ ਬੇਦਰਦਾ ਬਦਨਾਮ ਕਿਤੋਈ ਮੜ ਛੋੜ ਗਿਓ ਜੀ ਕਿਆ ਬਾਤ ਹੈ ਅੱਜ ਤੁਹਾਡੇ ਸਿਰ ਅੱਜ ਗਏ ਮੀਆਂ ਪਰ ਬਾਦ ਸ਼ੋ ਗਈ ਹੈ ਜੀ ਨਾਜ਼ਰੀਨ ਚੈਨਲ ਸਬਸਕ੍ਰਾਈਬ ਕਰ ਲੋ ਫੇਸਬੁਕ ਪੇਜ ਫਾਲੋ ਕਰ ਲੋ ਤੇ ਜਨਾਬ ਮਾਰ ਹਮਦ ਸੈਨ ਉਰਫ ਕਾਲੂ ਗੜਗੁਜੀ ਗੜਗ ਤੇ ਜੀ ਆਕਿਬ ਜੀ ਕੀ ਬਾਤ ਕੀ ਬਾਤ ਬੜੀ ਉਹਨਾਂ ਦੇ ਖੂਫਰਤ ਦੋੜੇ ਪੇਸ਼ ਕੀਤੇ ਬੜਾ ਅੱਛਾ ਖੂਫਰਤ ਅੰਦਾਜ਼ ਹੈ ਉਮੀਦ ਕਰਨਾ ਵੀਡੀਓ ਪਸੰਦ ਕਰਦੇ ਸੋ ਜੇ ਪਸੰਦ ਆਈ ਸਾਡਾ ਚੈਨਲ ਸਬਸਕ੍ਰਾਈਬ ਕਰ ਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਉਦ ਤੱਕ ਮੈਨੂੰ ਜਨਾਬ ਮਾਰ ਹਮਦ ਸੈਨ ਨੂੰ ਜਨਾਬ ਮਾਰ ਕਬੀਰ ਅਮਦ ਗੱਲੂ ਸਾਹਿਬ ਨੂੰ ਇਜਾਜ਼ਤ ਦਿਓ ਰਬ ਰਾਖਾ ਸ਼ੁਕਰੀਆ ਸ਼ੁਕਰੀਆ